हां जी, किदां सारे? लो जी, आपां शुरू करन जा रहे हां देसी छल्ले। एक कहानी हर ओ स्टूडेंट दी है जो किसी भी बाहरले मुल्क विच स्टूडेंट वीजे ते गया सी, चाहे ओ बाहरला मुल्क कैनेडा होवे, आस्ट्रेलिया होवे, इंग्लैंड होवे या कोई भी होर। साडियां स्टूडेंट्स दियां दुख तकलीफां, हासियां खेडियां, स्ट्रगलां सारियां दियां सांझियां ही सी, मुल्क भावे फिर कोई भी होवे। मैनू अज भी याद है कि उस टाइम सलाम नमस्ते फिल्म नवी नवी आई सी, ते सानू सारे स्टूडेंट्स नू यही लग रहा सी कि बाहरले मुल्क विच सलाम नमस्ते वाली जिंदगी बाहां खोल के साडा इंतजार कर रही हो। इसे चक्कर विच मुंडिया ने सैफ अली खान वाली फीलिंग चक ली सी, ते कुड़ियां ने प्रीटी जिंटा वाली। बाकी एक गल तां दसनी भुल ही गया, जिन्हां गोरे गोरियां नू असीं कदे अंग्रेजी फिल्मां विच ही देखिया सी ना, जां फिर शिमले या कुल्लू मनाली विच, उन्हां गोरे गोरियां दे अज असीं देश पहुंच गए सी, उन्हां दी धरती ते। ते इह सोच सोच के ना नजारा जिहा कुछ ज्यादा ही आई जांदा सी। चलो, और ज्यादा नजारे ना लैंदे होए आपां शुरू करदे आं अपनी कहानी शुरू तों, देसी छल्ले। ते एक गल होर, इस कहानी दा हर एक इंसीडेंट 100% रियल है। एक्चुअली 100 ना आखो, 99.9 तां आख ही लो, क्योंकि 100% प्योर तां तुहानूं सोना भी नहीं मिलदा। आ गया भाई, करान किवें है? आ पहुंच गया शेर। कितना वेमिया? हां भाई रजिंदर, आपा इकट्ठे रहने हैं। ਸਤਿ ਸ਼੍ਰੀ ਅਕਾਲ। ਇੱਥੋਂ ਪਤਾ ਲਵੇ ਪੰਜਾਬੀ ਦਾ ਹੈ। ਹਾਂ ਭਰਾ ਆਪਣਾ, ਚੱਲ ਚੱਲੀਏ। ਹਾਂਜੀ ਭਾ, ਇਹਦੇ ਮੈਨੂੰ ਪਤਾ ਤੂੰ ਥੱਕਿਆ ਵਾ, ਪਰ ਗੱਡੀ ਲਾਈ ਆਪਾਂ ਵਾਵਾ ਦੂਰ, ਮਾੜਾ ਜਿਹਾ ਤੈਨੂੰ ਤੁਰਨਾ ਪੈਣਾ ਮੇਰਾ ਭਰਾ। ਆਹ ਤੂੰ ਫੜ, ਆ ਰਜਿੰਦਰ ਫੜ ਲਾ ਤੂੰ, ਤੇ ਆਹ ਮੈਂ ਚੱਕ ਲੈਣਾ। ਚੱਲ ਆ ਮੇਰਾ ਵੀਰ। ਹੋਰ ਸੁਣਾ, ਘਰੇ ਪਰਿਵਾਰ ਸਭ ਠੀਕ ਹੈ? ਹਾਂਜੀ ਵਧੀਆ। ਹੋਰ ਮਾਤਾ? ਸਾਰੇ ਵਧੀਆ ਠੀਕ ਠਾਕ। ਰਾਜ ਕੋਈ ਮੁਸ਼ਕਲ ਤਾਂ ਨਹੀਂ ਆਈ? ਨਾ ਨਾ, ਸਹੀ ਰਿਹਾ। ਤੁਹਾਡਾ ਬੜਾ ਭੜਕੀਲਾ ਬਣਿਆ ਫਿਰਦਾ, ਪਤਾ ਤਾਂ ਉਦੋਂ ਲੱਗਣਾ ਦਿਹਾੜੀਆਂ ਕਰਨੀਆਂ ਪਈਆਂ। ਤੂੰ ਪਹਿਲੇ ਦਿਨ ਇਹਨਾਂ ਨੂੰ ਡਰਾ ਦੇਈ, ਭਾਜੂਗਾ ਜੀ। ਨਹੀਂ ਡਰਦਾ ਏ। ਓ ਯਾਰ, ਚੱਲ ਜਾ ਤੂੰ ਕਰਾਨ ਬਹਿ, ਸਾਰਾ ਦੇ ਭਰਾਵਾ, ਬੈਲਟ ਬੁਲਟ ਲਾ ਲਈ, ਚਲਾਨ ਹੋ ਜਾਂਦਾ ਇੱਥੇ। ਕਿੰਨੀ ਦੇਰ ਇੱਥੇ ਵੇਟ ਕਰਾਂਗੇ? ਉਹ ਕੋਈ ਪੰਜਾਬੀ ਲੱਗਦੇ ਤੁਸੀਂ ਇਹਨਾਂ ਨੂੰ ਪੁੱਛੋ ਜੇ ਕੋਈ ਸਾਡੀ ਹੈਲਪ ਕਰ ਦੇਣ। ਵੀਰੇ ਹਾਂਜੀ ਵੀਰੇ ਵੀਰੇ ਯਾਰ, ਆਹ ਨੰਬਰ ਦੇਖਿਓ, ਮੈਂ ਕਦੋਂ ਟਰਾਈ ਕਰ ਰਿਹਾ ਅੰਦਰ ਬੂਥ ਉੱਪਰ, ਲੱਗ ਹੀ ਨਹੀਂ ਰਿਹਾ। ਜੇ ਤੁਸੀਂ ਆਪਦੇ ਫੋਨ ਤੋਂ ਟਰਾਈ ਕਰਕੇ ਦੇਖ ਲਓ ਪਲੀਜ਼। ਨਹੀਂ ਵੀਰੇ, ਚੱਕਿਆ ਨਹੀਂ ਯਾਰ। ਕਿਹਦਾ ਨੰਬਰ ਆ ਵੀਰੇ? ਉਹ ਮੇਰੀ ਘਰ ਵਾਲੀ ਦੀ ਭੂਆ ਦੀ ਕੁੜੀ ਦਾ ਜੀ। ਦੁਬਾਰਾ ਕਰਕੇ ਦੇਖ ਲੈ ਇੱਕ ਵਾਰ। ਪਹਿਲ ਜਾਂਦੀ ਵੀਰੇ, ਪਰ ਚੱਕਿਆ ਨਹੀਂ ਯਾਰ ਫਿਰ। ਤੁਸੀਂ ਉਹਨਾਂ ਨੂੰ ਆਉਣ ਤੋਂ ਪਹਿਲਾਂ ਦੱਸਿਆ ਸੀ ਵੀ ਤੁਸੀਂ ਆ ਰਹੇ ਹੋ? ਵੀਰੇ ਸਭ ਕੁਝ ਦੱਸਿਆ ਸੀ, ਗੱਲ ਹੋਈ ਸੀ, ਫਲਾਈਟ ਦੀ ਪੂਰੀ ਡਿਟੇਲ ਦਿੱਤੀ ਸੀ। ਉਹ ਕਹਿੰਦੇ ਸੀ ਉਹ ਆ ਜਾਣਗੇ, 5 ਘੰਟੇ ਹੋ ਗਏ ਵੀਰੇ ਇੰਤਜ਼ਾਰ ਕਰਦੇ, ਹੁਣ ਫੋਨ ਵੀ ਨਹੀਂ ਲੱਗਦਾ। ਤੁਹਾਡੇ ਕੋਲ ਕੋਈ ਐਡਰੈਸ ਹੈ ਉਹਨਾਂ ਦਾ? ਨਹੀਂ ਵੀਰੇ, ਐਡਰੈਸ ਤਾਂ ਨਹੀਂ ਹੈ, ਪਰ ਇੰਨਾ ਪਤਾ ਕਿਸੇ ਕਲੇਟਨ ਵਿੱਚ ਰਹਿੰਦੇ ਨੇ। ਵੀਰੇ ਹੋਰ ਕੋਈ ਜਾਣ ਪਛਾਣ ਵਾਲਾ ਹੈਗਾ ਤੁਹਾਡਾ? ਵੀਰੇ ਬਸ ਉਹੀ ਨੇ। ਓਕੇ ਵੀਰੇ, ਧੰਨਵਾਦ ਤੁਹਾਡਾ। ਵੀਰੇ ਤੋਂ ਥੋੜ੍ਹੀ ਹੋਰ ਵੇਟ ਕਰ ਲੈਂਦੇ ਫਿਰ ਜੀ, ਕਿਤੇ ਟੈਕਸੀ ਲੈ ਕੇ ਕਿਸੇ ਹੋਟਲ ਚਲੇ ਜਾਂਦੇ। ਨਹੀਂ ਨਹੀਂ ਵੀਰੇ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਸਾਡੇ ਨਾਲ ਚੱਲੋ, ਅਤੇ ਜਦੋਂ ਉਹਨਾਂ ਦਾ ਫੋਨ ਆਊਗਾ ਨਾ, ਉਹ ਤੁਹਾਨੂੰ ਸਾਡੇ ਵੱਲੋਂ ਪਿੱਕ ਕਰ ਲੈਣਗੇ, ਠੀਕ ਹੈ ਵੀਰੇ? ਨਹੀਂ ਵੀਰੇ, ਤੁਹਾਨੂੰ ਐਵੇਂ ਤਕਲੀਫ ਹੋਈ, ਆਪਾਂ ਹੋਟਲ ਚਲੇ ਜਾਵਾਂਗੇ ਫਿਰ। ਉਹ ਭਰਾ, ਬੜੀ ਮੁਸ਼ਕਿਲ ਨਾਲ ਇੰਡੀਆ 70 ਸਾਲ ਲੈ ਕੇ ਆਇਆ ਹੋਵੇਗਾ, ਇੱਕ ਹਫ਼ਤਾ ਵੀ ਹੋਟਲ ਰਹਿਣਾ ਪੈ ਗਿਆ ਨਾ, ਸਾਰੇ ਉੱਡ ਜਾਣਗੇ। ਅੱਜ ਦੀ ਦਾ ਸਾਡੇ ਨਾਲ ਕੱਟ ਲਾ, ਕੱਲ੍ਹ ਨੂੰ ਤੈਨੂੰ ਫੈਮਿਲੀ ਨਾਲ ਮੂਵ ਕਰਾ ਦਾਂਗੇ। ਉਹ ਬਹੁਤਾ ਸੋਚ ਨਾ ਭਰਾਵਾ, ਤੂੰ ਵੀ ਸਾਨੂੰ ਸਾਡੇ ਕਰਾਨ ਵਰਗਾ ਹੀ ਹੈ, ਅਤੇ ਤੇਰੀ ਘਰ ਦੀ ਸਾਡੀਆਂ ਭੈਣਾਂ ਵਾਂਗੂ ਹੈ।
ਤੇ ਬਗਾਨੇ ਮੁਲਕ ਚ ਕਿਸੇ ਨੇ ਫੋਨ ਨਾ ਚੁੱਕਿਆ ਤੇ ਕੀ ਕਰੋਗੇ? ਆ ਜਾਓ ਭੈਣੇ, ਕੋਈ ਗੱਲ ਨੀ, ਚਲੋ ਆ ਜਾਓ। ਚੱਲ ਚੱਲ ਚੱਲ, ਰੱਖ ਬੈਗ ਇਹਨਾਂ ਦੇ ਡਿੱਗੀ ਚ। ਡਿੱਗੀ ਜਗ੍ਹਾ ਹੈ ਨੀ ਉਹ, ਚੱਲ ਫਿਰ ਪੱਟਿਆਂ ਤੇ ਰੱਖ ਲੈਂਦੇ ਆ, ਕਿੱਡੀ ਗੱਲ ਆ। ਚੱਲ ਆ ਫਿਰ, ਚੱਲ ਆ ਯਾਰ। ਆਜੋ ਵੀਰੇ, ਆਜੋ ਆਜੋ ਵੀਰੇ, ਆਜੋ ਭੈਣੇ। ਚਾਚਾ ਰੱਖ ਦੇ ਪੱਟਾ ਤੇ ਰੱਖ ਦੋ। ਲੈ ਆ ਗਏ ਕੇ ਸਾਰੇ ਬੈਗ? ਚੱਲ ਵੀ ਜਿੱਦਾਂ ਰੱਖ, ਤੂੰ ਆਪਣੇ ਪੱਟਾ ਤੇ ਰੱਖ ਲੈਂਦੇ ਆ ਅੱਗੇ। मैं उस टाइम यही सोच रहा सी कि शायद उन्होंने भूआ की कुड़ी का फोन सच्ची खराब हो गया हो या उन्हें कोई प्रॉब्लम आ गई हो, पर शायद सैंडी ते रजिंदर नूं इह भणक पै गई सी कि एक्चुअल विच गल की है। शायद यह पहली बार नहीं होया होना जब किसी के रिश्तेदार उन्हें एयरपोर्ट तो ही ना लैन आए हों, पर जिथे वह माड़े लोग सी सानू यह भी नहीं भुलना चाहिए कि उत्थे सैंडी ते रजिंदर वर्गे हीरे दिल बंदे भी सी। सो मेरी जर्नी तो हुण स्टार्ट हो गई सी इन्हां हीरे दिल बंदियां दे नाल। मेरे पहला नहीं ओ भरावा, ये वैसे ही चलदी नहीं है। ओ बल्ले आ गए। हां ले भरा नु, आ गए आ गए। क्या हाल है? की हाल चाल? वधिया जी। थोड़ी देर अंदर आ जा, फिर दस दिने इत्थे ही दस दा सब कुछ। ਆਜੋ ਜੀ, ਆਜੋ ਸਾਰੇ ਆਜੋ। ਇੱਥੇ ਰੱਖ ਲਓ ਵੀਰੇ ਸਮਾਨ, ਇੱਥੇ ਰੱਖ ਰੱਖਣਾ। ਆਜੋ ਵੀਰੇ ਬੈਠੋ। ਆਓ ਜੀ ਵੀਰੇ, ਲੈਟਰਿੰਗ ਕਿੱਥੇ? ਹੁਣ ਨੈਪਿਨ ਲਾਈ ਕੰਜਰਾ ਆਹੋ ਆਹੋ ਆਹੀ ਆਹੀ, ਚੱਲ ਚੱਲ ਛੇਤੀ ਆ ਜੀ। ਅਮਨ ਬਾਈ ਤੇ ਭੈਣ ਹੋਣੀ ਨਾ ਆਪਾਂ ਨੂੰ ਏਅਰਪੋਰਟ ਤੇ ਮਿਲੇ ਆ ਤੇ ਅੱਜ ਆਪਣੇ ਨਾਲ ਰਹਿਣਗੇ। ਨਾਲ ਰਹਿਣ ਤਾਂ ਕੋਈ ਨੀ, ਪਰ ਏਅਰਪੋਰਟ ਤੇ ਉਹ ਯਾਰ ਇਹਨਾਂ ਦੀ ਭੂਆ ਦੀ ਕੁੜੀ ਨੇ ਲੈਣ ਆਉਣਾ ਸੀ ਤੇ ਕੋਈ ਕੰਮ ਪੈ ਗਿਆ ਹੋਣਾ, ਨਹੀਂ ਫੋਨ ਚੁੱਕਿਆ ਉਹਨਾਂ ਨੇ। ਠੀਕ ਹੈ ਨਾ? ਤੇ ਸਿੱਧਾ ਸੱਚੀ ਦੱਸ ਦਿੰਦਾ ਫਿਰ ਇਹਨਾਂ ਨੂੰ ਯਾਰ। ਉਹ ਯਾਰ ਤੂੰ ਬੜਾ ਤੱਤਾ ਨਾ ਆਇਆ ਕਰ, ਕਈ ਵਾਰੀ ਸੱਚੀ ਵੀ ਯਾਰ ਪ੍ਰੋਬਲਮ ਆ ਹੀ ਜਾਂਦੀ ਹੈ। ਵੀਰੇ ਹਾਂਜੀ ਭਾਜੀ, ਵੀਰਾ ਕਿਹੜੇ ਸੱਚ ਦੀ ਗੱਲ ਕਰ ਰਹੇ? ਉਹ ਯਾਰ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ, ਇਹ ਹਰ ਕਿਸੇ ਨੇ ਆਪਣੀ ਸਟੋਰੀ ਜੋੜ ਲੈਂਦਾ ਵਾ। ਤੋ ਭਰਾ ਥੱਕਿਆ ਰਿਹਾ ਆਇਆ, ਪਹਿਲਾਂ ਪਾਣੀ ਤਾਂ ਪਿਆ ਦੇ। ਹਲੋ ਵੀਰੇ, ਇੰਡੀਆ ਫੋਨ ਭੂਆ ਲਾ ਕੇ ਦੇਖ ਲਓ, ਪੁੱਛ ਲਓ ਨਾ ਜੇ ਤੁਹਾਡੀ ਭੂਆ ਦੇ ਕੋਈ ਐਡਰੈਸ ਪਤਾ ਲੱਗਦਾ ਤਾਂ। ਹਾਂਜੀ ਵੀਰੇ। ਫੋਨ ਹੀ ਨਹੀਂ ਚੱਕ ਰਹੇ। ਆਪਣੇ ਘਰੇ ਲਾ ਕੇ ਪੁੱਛ, ਸ਼ਾਇਦ ਭੂਆ ਨੇ ਨਵਾਂ ਨੰਬਰ ਦੇ ਕੇ ਚੱਕਿਆ ਨਾ ਹੋਵੇ। ਬਈ ਪਾਣੀ ਪੀਲੇ ਦਾ ਕੱਪ ਦੇ ਦਿਓ, ਸਾਡੇ ਘਰ ਇਹੀ ਕੱਪ ਨੇ ਭਰਾਵਾ, ਚਾਹ ਵੀ ਇਹਨਾਂ 'ਚ ਪਿਲਾਉਣੀ ਆਪਾਂ। ਮਿਹਰਬਾਨੀ। ਹੈਲੋ ਡੈਡੀ। ਹਾਂਜੀ ਅਸੀਂ ਪਹੁੰਚ ਗਏ ਹਾਂ, ਸਭ ਠੀਕ ਹੈ। ਹਾਂਜੀ ਡੈਡੀ, ਤੁਸੀਂ ਭੂਆ ਨੂੰ ਫੋਨ ਕਰੋਗੇ ਕਿਉਂਕਿ ਨਿੰਮੋ ਨੇ ਫੋਨ ਨਹੀਂ ਚੱਕਿਆ। ਹਾਂਜੀ ਹਾਂਜੀ ਸਭ ਠੀਕ ਹੈ, ਬਸ ਅਸੀਂ ਏਅਰਪੋਰਟ 'ਤੇ 5 ਘੰਟੇ ਵੇਟ ਕਰਦੇ ਰਹੇ ਸੀ ਪਰ ਕੋਈ ਲੈਣ ਹੀ ਨਹੀਂ ਆਇਆ। ਨਹੀਂ ਨਹੀਂ ਤੁਸੀਂ ਟੈਨਸ਼ਨ ਨਾ ਲਓ, ਇੱਥੇ ਸਾਨੂੰ ਇੱਕ ਵੀਰ ਮਿਲ ਗਿਆ ਸੀ ਏਅਰਪੋਰਟ 'ਤੇ ਅਤੇ ਉਹ ਆਪਣੇ ਭਰਾ ਨੂੰ ਲੈਣ ਆਇਆ ਸੀ,
ਤੇ ਕਹਿੰਦੇ ਤੁਹਾਨੂੰ ਘਰ ਲੈ ਜਾਂਦੇ ਆ ਤੇ ਜਦੋਂ ਭੂਆ ਦਾ ਫੋਨ ਮਿਲੂਗਾ ਤਾਂ ਨਾ ਘਰ ਛੱਡ ਆਵਾਂਗੇ। ਹਾਂਜੀ ਹਾਂਜੀ ਆਪਾਂ ਠੀਕ ਹੈ, ਬਸ ਤੁਸੀਂ ਨਾ ਇੱਕ ਵਾਰ ਭੂਆ ਨੂੰ ਫੋਨ ਕਰ ਲਿਓ ਕਿ ਨਿੰਮੋ ਫੋਨ ਨਹੀਂ ਚੱਕ ਰਹੀ, ਸਭ ਠੀਕ ਤਾਂ ਹੈ। ਹਾਂਜੀ 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 ਬਾਕੀ ਸਭ ਠੀਕ ਹੈ, ਬਿੰਨੀ ਵੀ ਠੀਕ ਨੇ। ਹਾਂਜੀ ਹਾਂਜੀ ਤੁਸੀਂ ਇਸੇ ਨੰਬਰ 'ਤੇ ਫੋਨ ਕਰ ਲਿਓ, ਮੈਂ ਤੁਹਾਡੀ ਕਾਲ ਦੀ ਵੇਟ ਕਰਦੀ। ਓਕੇ ਜੀ, ਓਕੇ ਡੈਡੀ। ਹਾਂਜੀ ਵੀਰੇ, ਡੈਡੀ ਨਾ ਫੋਨ ਕਰਨਗੇ ਭੂਆ ਜੀ ਨੂੰ ਫੋਨ ਕਰਕੇ। ਠੀਕ ਹੈ ਭੈਣੇ। ਚਲੋ ਜਿੰਨਾ ਚਿਰ ਵੇਟ ਕਰਦੇ ਹੋ ਚਾਹ ਪੀ ਲਓ ਤੁਸੀਂ। ਹੈਲੋ। ਹਾਂਜੀ ਡੈਡੀ, ਗੱਲ ਹੋਈ ਤੁਹਾਡੀ? ਨਹੀਂ ਪੁੱਤ, ਤੇਰੀ ਭੂਆ ਕੋਈ ਲੜ ਪੱਲਾ ਬੁਲਾ ਨਹੀਂ ਰਹੀ। ਉਹ ਤਾਂ ਕਹਿੰਦੀ ਹੈ ਵੀ ਜਦੋਂ ਸਾਡੇ ਨਿੰਮੋ ਗਈ ਸੀਗੀ ਉਦੋਂ ਉਹਨੂੰ ਕਿਹੜਾ ਕੋਈ ਸਾਹਮਣ ਵਾਲਾ ਸੀਗਾ। ਤੁਹਾਡੀ ਕੁੜੀ ਦਾ ਫੇਰ ਉਹਦੇ ਘਰ ਵਾਲੇ ਨਾਲ ਗਈ ਹੈ, ਉਹਦੇ ਵੱਲੋਂ ਤਾਂ ਪੁੱਤ ਨਾ ਹੀ ਸਮਝੂ। ਚੱਲ ਕੋਈ ਨਾ ਡੈਡੀ, ਤੁਸੀਂ ਟੈਨਸ਼ਨ ਨਾ ਲਓ, ਬਾਕੀ ਜੋ ਹੁੰਦਾ ਚੰਗੇ ਲਈ ਹੁੰਦਾ। ਇਸੇ ਬਹਾਨੇ ਸਾਨੂੰ ਉਹਨਾਂ ਦਾ ਵੀ ਪਤਾ ਲੱਗ ਗਿਆ। ਬਸ ਬੰਦੇ ਨੂੰ ਤਾਂ ਹੀ ਹੁੰਦਾ ਕਿ ਉਹਨੂੰ ਕੋਈ ਏਅਰਪੋਰਟ ਤੋਂ ਲੈਣ ਆ ਜਾਏ, ਬਾਕੀ ਰੱਬ ਨੇ ਇੱਕ ਭੈਣ ਨੇ ਤਾਂ ਦੋ ਵੀਰ ਭੇਜਦੇ। ਹੋਰ ਪੁੱਤ ਤੂੰ ਠੀਕ ਹੈ? ਹਾਂਜੀ ਡੈਡੀ ਅਸੀਂ ਠੀਕ ਹੈ, ਬਸ ਚਾਹ ਪੀ ਕੇ ਹਟੇ ਸੀ। ਹੋਰ ਮੰਮੀ ਕਿੱਥੇ ਹੈ? ਹਾਂ ਤੇਰੀ ਮੰਮੀ ਤਾਂ ਗੁਰਦੁਆਰੇ ਗਈ ਹੈ ਪੁੱਤ, ਥੋੜਾ ਰੁਕ ਕੇ ਆਊਗੀ। ਓਕੇ ਡੈਡੀ, ਜਦੋਂ ਮੰਮੀ ਆਣਗੇ ਨਾ ਉਹਨਾਂ ਨੂੰ ਕਹਿਓ ਕਿ ਸਾਡੇ ਨਾਲ ਗੱਲ ਕਰ ਲੈਣ, ਅਤੇ ਪਰ ਤੁਸੀਂ ਉਹਨਾਂ ਨੂੰ ਕੁਛ ਦੱਸਿਓ ਨਾ, ਐਵੇਂ ਟੈਨਸ਼ਨ ਲੈਣਗੇ। ਆਪਾਂ ਇੱਥੇ ਇੱਕ ਵਾਰ ਸੈੱਟ ਹੋ ਜਾਈਏ ਫਿਰ ਸਭ ਦੱਸ ਦਾਂਗੇ। ਚੱਲ ਚੰਗਾ ਪੁੱਤ, ਧਿਆਨ ਰੱਖੀਂ ਆਪਦਾ ਅਤੇ ਨਾਲੇ ਬਿੰਨੂ ਨੂੰ ਮੇਰਾ ਪਿਆਰ ਦੇਈਂ। ਹਾਂਜੀ ਓਕੇ ਡੈਡੀ। ਹਾਂਜੀ ਚਲੋ ਫਿਰ ਕਰਦੇ ਹਾਂ ਗੱਲ। ਚੰਗਾ ਪੁੱਤ। ਵੀਰੇ ਇੱਕ ਵਾਰ ਨਾ ਹੋਰ ਫੋਨ ਆਏਗਾ, ਮੰਮੀ ਗੁਰਦੁਆਰੇ ਗਏ ਸੀ। ਠੀਕ ਹੈ ਭੈਣੇ, ਹੁਣ ਵੀ ਤਾਂ ਸੱਚ ਪਤਾ ਲੱਗ ਗਿਆ ਇਹਨਾਂ ਨੂੰ, ਪਹਿਲਾਂ ਹੀ ਦੱਸ ਦਿੰਦਾ ਯਾਰ। ਪਹਿਲਾਂ ਕੀ ਹੋ ਜਾਂਦਾ, ਅਸੀਂ ਤਾਂ ਸੋਚਿਆ ਸੱਚਿਓ ਕੋਈ ਭੂਆ ਦੀ ਕੁੜੀ ਨੂੰ ਕੋਈ ਪ੍ਰੋਬਲਮ ਆ ਗਈ ਹੋਣੀ ਤਾਂ ਨਹੀਂ ਆਈ। ਉਹ ਯਾਰ ਕਿਸੇ ਨੂੰ ਇੱਥੇ ਪ੍ਰੋਬਲਮ ਨਹੀਂ ਆਉਂਦੀ ਹੁੰਦੀ, ਇੱਥੇ ਬਸ ਆਪਣੇ ਦੇਸੀ ਹੈ ਨਾ ਜਿਹੜੇ, ਉਹਨਾਂ ਨੂੰ ਜੈਸੀ ਹੁੰਦੀ ਆ ਕਿ ਉਹਨਾਂ ਦੇ ਬਰਾਬਰ ਕੋਈ ਆ ਕਿੱਦਾਂ ਜਾਵੇ। ਪਰ ਖੂਨ ਚਿੱਟਾ ਹੋ ਗਿਆ ਯਾਰ ਉਹਨਾਂ ਦਾ, ਪੰਜਾਬੀ ਹੀ ਪੰਜਾਬੀ ਦੇ ਜੜਾ ਵੱਢਣ ਬੈਠਾ। ਕੀ ਕਰੀਏ ਯਾਰ, ਜੇ ਨਾ ਇਹਨਾਂ ਦਾ ਕੰਪੀਟੀਸ਼ਨ ਹੋ ਜਾਵੇ ਜੜਾ ਵੱਢਣ ਦਾ, ਪਹਿਲੇ ਨੰਬਰ 'ਤੇ ਆਉਣਗੇ। ਹਾਲੇ ਬੜੇ ਮਾਣ ਨਾਲ ਕਹਿੰਦੇ ਆ ਆਪਣੀ ਪੰਜਾਬੀ ਕੌਮ, ਸਭ ਤੋਂ ਬਾਹਰਲਿਆਂ ਨੂੰ ਆ ਕੇ ਪੁੱਛੋ ਵੀ ਸਾਡੇ ਨਾਲ ਕੀ ਇੱਥੇ ਬੀਤਦੀ ਆ। ਸਾਰੀ ਸ਼ਰਮ ਆਉਂਦੀ ਆ ਆਪਦੇ ਆਪ ਨੂੰ ਪੰਜਾਬੀ ਕਹਾਉਂਦੇ। ਸਭ ਤੋਂ ਮਾੜੀ ਕੌਮ ਅੱਜ ਦੇ ਜ਼ਮਾਨੇ 'ਚ ਆਪਣੀ ਪੰਜਾਬੀਆਂ ਦੀ ਹੋਊ, ਆਪਣਿਆਂ ਦੀਆਂ ਜੜਾਂ ਵੱਢਣ ਵਾਲਿਆਂ ਦੀ। ਇਹ ਗੱਲ ਆਖਾਂ ਵੀਰੇ, ਸੋਰੀ ਯਾਰ ਤੁਸੀਂ ਵੱਡੇ ਹੋ ਪਰ ਗੱਲ ਟੋਕ ਰਿਹਾ, ਪਰ ਸਭ ਤੋਂ ਮਾੜੀ ਨਹੀਂ, ਦੁਨੀਆਂ ਦੀ ਸਭ ਤੋਂ ਘੈਂਟ ਕੌਮ ਆ ਪੰਜਾਬੀਆਂ ਦੀ। ਠੀਕ ਆ ਇੱਕ ਦੋ ਮਾੜੇ ਲੋਕ ਹੈਗੇ ਆਪਣੇ ਵਿੱਚ, ਪਰ ਕਿਹੜੀ ਕੌਮ ਵਿੱਚ ਨਹੀਂ ਹੁੰਦੇ। ਠੀਕ ਆ ਇੱਕ ਦੋ ਦੇ ਰਿਸ਼ਤੇਦਾਰ ਨਹੀਂ ਉਹਨੂੰ ਏਅਰਪੋਰਟ 'ਤੇ ਲੈਣ ਆਏ, ਪਰ ਜਿਨ੍ਹਾਂ ਦੇ ਹਜ਼ਾਰ ਦੇ ਲੈਣ ਆਏ ਆ, ਹੈ ਨਾ, ਅਤੇ ਜਿਨ੍ਹਾਂ ਹਜ਼ਾਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਦੇ ਘਰ ਰੱਖਿਆ, ਉਹਨਾਂ ਨੂੰ ਤੁਸੀਂ ਸੇਮ ਤੱਕੜੀ ਵਿੱਚ ਕਿਵੇਂ ਤੋਲ ਸਕਦੇ ਹੋ ਯਾਰ? ਮੈਨੂੰ ਪਤਾ ਸੈਂਡੀ ਵੀਰ ਨੇ ਦੱਸੀ ਸੀ ਤੁਹਾਡੀ ਕਹਾਣੀ ਵੀ, ਕਿਵੇਂ ਤੁਹਾਡੇ ਚਾਚੇ ਦਾ ਮੁੰਡਾ ਵੀ ਤੁਹਾਨੂੰ ਏਅਰਪੋਰਟ 'ਤੇ ਨਹੀਂ ਲੈਣ ਆਇਆ ਸੀ, ਕਿਵੇਂ ਤੁਸੀਂ ਸਾਰੀ ਰਾਤ ਏਅਰਪੋਰਟ 'ਤੇ ਰੋ ਕੇ ਕੱਢੀ, ਬੁਰਾ ਹਾਲ, ਹੈ ਨਾ। ਮੈਨੂੰ ਸੈਂਡੀ ਬਾਈ ਨੇ ਇਹ ਵੀ ਦੱਸਿਆ ਸੀ ਵੀ ਜੇ ਤੁਹਾਡੇ ਕੋਲ ਉਸ ਦਿਨ ਪੂਰੇ ਪੈਸੇ ਹੁੰਦੇ ਨਾ ਵਾਪਸੀ ਦੀ ਟਿਕਟ ਦੇ, ਤਾਂ ਤੁਸੀਂ ਟਿਕਟ ਲੈ ਕੇ ਵਾਪਸ ਚਲੇ ਜਾਣਾ ਸੀ। ਪਰ ਕਿਵੇਂ ਤੁਹਾਡੀ ਕਿਸਮਤ ਨੂੰ ਅਗਲੇ ਦਿਨ ਸੈਂਡੀ ਬਾਈ ਰਜਿੰਦਰ ਬਾਈ ਨੂੰ ਏਅਰਪੋਰਟ 'ਤੇ ਲੈਣ ਗਏ, ਕਿਵੇਂ ਤੁਸੀਂ ਉਹਨਾਂ ਨੂੰ ਆਪਦੀ ਕਹਾਣੀ ਦੱਸੀ ਅਤੇ ਸੈਂਡੀ ਬਾਈ ਤੁਹਾਨੂੰ ਆਪਦੇ ਇਸ ਘਰੇ ਲੈ ਆਏ। ਕਦੇ ਸੋਚਿਆ ਵੀਰੇ ਉਸ ਏਅਰਪੋਰਟ 'ਤੇ ਤੁਹਾਨੂੰ ਕਿੰਨੇ ਤਰ੍ਹਾਂ ਦੇ ਲੋਕ ਮਿਲੇ ਹੋਣਗੇ, ਕਿੰਨੀਆਂ ਕਮਿਊਨਿਟੀਆਂ ਦੇ ਲੋਕ ਮਿਲੇ ਹੋਣਗੇ, ਕਿਸੇ ਨੇ ਵੀ ਤੁਹਾਡੀ ਹੈਲਪ ਕੀਤੀ? ਤੁਸੀਂ ਪੂਰਾ ਇੱਕ ਦਿਨ ਉੱਥੇ ਸੀ ਯਾਰ, ਅਤੇ ਤੁਹਾਨੂੰ ਪਹਿਲੇ ਦਿਨ ਉੱਥੇ ਪੰਜਾਬੀ ਬੰਦੇ ਦਿਸੇ ਅਤੇ ਜਿਹੜੇ ਤੁਹਾਨੂੰ ਸਿੱਧਾ ਆਪਦੇ ਨਾਲ ਘਰ ਲੈ ਆਏ, ਅਤੇ ਫਿਰ ਇਹ ਪੰਜਾਬੀ ਮਾੜੇ ਕਿਵੇਂ ਹੋ ਸਕਦੇ ਆ ਯਾਰ? ਇਹ ਸੈਂਡੀ ਵੀਰ ਕਿਹੜਾ ਤੁਹਾਨੂੰ ਜਾਣਦਾ ਸੀ? ਪਰ ਤੁਹਾਨੂੰ ਪਤਾ ਇਹ ਆਪਣੇ ਗੁਰੂਆਂ ਦੀ ਸਿੱਖਿਆ ਹੀ ਹੈ ਜੋ ਕਹਿੰਦੇ ਆ ਕਿ ਹਰ ਮੁਸੀਬਤ ਵਿੱਚ ਪਏ ਬੰਦੇ ਦੀ ਹੈਲਪ ਕਰਨੀ। ਹੁਣ ਪਿੱਛੇ ਜੇ ਕੇਦਾਰਨਾਥ ਵਿੱਚ ਹੜ੍ਹ ਆਏ ਸੀ ਨਾ,
पता उत्थे लोगों ने की किया सी, हड़ विच फसे हुए लोगों लई चाह का कप भी 20 रुपए का वेचा सी, पर अपने पंजाबियों ने पहाड़ा ते चढ़ के आपकी जान की परवाह किए बिना उत्थे जाके भी लंगर लाते सी। फिर तुसीं पंजाबियों नूं माड़ा किवें आख सकदे हो यार। ते आपां ना उस कौम दे वारस आं वीरे जिहदे विच भाई कन्हैया दुश्मनां नूं भी जंग दे मैदान विच पाणी पिलाउंदा, ते जिहदा गुरु कहिंदा कल्ला पाणी ना पिला आ मैथों मरम की पट्टी भी लै जा ते उहनां दे जाके मरम भी कर। कदे सुनिया वीरे हिस्टरी विच इदां दी गल जिथे दुश्मनां नूं भी पाणी पिलाया जांदा होवे ते उहनां दे मरम पट्टी कीती जांदी होवे। आपां उस कौम दे वारस आं वीरे जिहदे गुरु गुरु तेग बहादुर साहिब अपने लई नहीं किसी होर धर्म लिए अपनी जान कुरबान कर देंगे है, तो जिन्हों का पुत उन्होंने खुद कहता है कि पिता जी तो हाथों महान इस कुरबानी लिए होर कौन होगा। कदे सुनी है वीरे हिस्टरी में इदा की गल? मैं पता कई लोग आख देंगे कि पुराने टाइम में तो अपनी कौम बहुत महान सी, पर अज नहीं, पर अज भी अपनी कौम बहुत महान है वीरे। हर बारे मुल्क बैठा बंदा 24 घंटे काम करता है, पर पिछे बैठे अपने परिवार वाल तत्ती हवा नहीं चलन दिता। वो खुद भुखा सौलू पर पिछे आपके परिवार दीयां सारियां जरूरतां पूरियां करदा, आपकी भैन नूं व्याहुंदा, भरा नूं व्याहुंदा, घर पाउंदा, होर की कुछ नहीं करता वीरे। इत्थे उहदे कोल घर होवे ना होवे, पिंड विच उहदे कोल सब तों वधिया कोठी हुंदी आ, फिर किवें तुसीं उह पंजाबी नूं माड़ा आख दोगे वीरे? साढ़े एक पंजाबी भरा द्वारा गुरु नानक देव जी के सिद्धांत से मानस की जात सभे एक पहचान बोध सिद्धांत से चलाई हुई खालसा एड पूरी दुनिया में हर जरूरतमंद बंदे की हैल्प करती है वीरे। तो साढ़े एक पंजाबी भरा ओबराए साहब जो कि मिडल ईस्ट में किसी भी पंजाबी भरा पाकिस्तानी भरा नूं हैल्प की लोड़ होवे बिना किसी जात पात धर्म के भेदभाव के उन्हां दी हैल्प करते हैं, फिर किवें मैं इन्हां पंजाबियों नूं माड़ा आखदा वीरे? तुसीं बाबे नानक दे बोल तां सुने होणगे वीरे, तुसीं वसदे रहो, तुसीं उजड़ जाओ। तो मैनूं कई कई बार लगता हुंदा ना कि आपां उजड़े हुए लोग हाँ, तो सानूं शायद उजाड़िया भी उन्हें तां जो आपां बाबे नानक दी बाणी उहदे सिद्धांत उहदा फलसफा पूरी दुनिया विच लिजा सकीए। शायद ये खालसा एड वाले रवि सिंह ओबराए सर शायद ये उस फलसफे के मुताबिक ना शायद ये उजड़े हुए लोग ने ता जो पूरी दुनिया में यह दस सकन कि सिख कौम होंगी की है। सो ये पंजाबी माड़े नहीं होंगे वीरे, ये पंजाबी कौम बहुत महान होंगी है। ये पंजाब का कोई भी होवे, कोई सिख होवे, हिंदू होवे, मुसलमान होवे, जो भी पंजाब खेते नाल ताल्लुक रखता ना ये सब महान लोग ही ने। शायद पंजाब तो बाहर वाले भी ने पर पंजाबी कौम कदे माड़ी नहीं है। छोटिया यार तू बड़ा सियाना नहीं हो गया? अमन तेरिया गल्लां ने ना वैसे मैनू भी सोचने लाता ही कि अपनी कौम माड़ी है, पर यार अज कुरान दियां गल्लां ने ना मेरिया अखां खोलतियां भी यही साली यार एक किसी की माड़ी कीती ते चेते रख लैने आ, पर हजार चंगियां वह अही भुल जाने यार। अज तो अही भी प्राउड ना कहांगे यार, अही भी ना पंजाबी हाँ ते देसी हाँ ते देसी चले।